हाँ जी तुहाडा की नाम है जी? रूप सिंह। रूप सिंह किहड़े पिंड तों जी? नौवाड़ा। एक 12 एकड़ जमीन का जिहड़ा कि नकली रजिस्ट्री का मसला सामने आया, उन्होंने की कहना चाहोगे जिंदे विच तुसीं विटनेस पाई है, तुहाडी अगवाई पई है? इस गल्ल अगवाई पई है नहीं, दस्या नहीं गया, दस्या नहीं। तुहानू दस्या नहीं किसे ने? हां दस्या नहीं गया। ਤੁਸੀਂ ਬੰਦੇ ਵੈਰੀਫਾਈ ਕੀਤੇ? ਹਾਂ ਹਾਂ। ਕੌਣ ਨੇ? ਹਾਂ ਨਹੀਂ। ਸੰਜੇ ਸ਼ਰਮਾ ਨੂੰ ਤੁਸੀਂ ਜਾਣਦੇ ਹੋ? ਕੌਣ? ਹਾਂ ਨਹੀਂ 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 ਜਾਣਦੇ ਨਹੀਂ। ਤੁਸੀਂ ਨਹੀਂ ਜਾਣਦੇ? ਨਾ। ਸੰਜੇ ਸ਼ਰਮਾ ਤੁਹਾਡੇ ਪਿੰਡ ਦਾ ਹੀ ਬੰਦਾ ਹੈ ਜਾਂ ਬਾਹਰ? ਬਾਹਰ ਦਾ ਨਹੀਂ ਸੀ। ਹਾਂਜੀ ਬਾਹਰ ਦਾ ਨਹੀਂ ਸੀ ਜੀ ਹੁੰਦਾ। ਬਾਹਰ ਦਾ ਨਹੀਂ ਸੀ ਬੰਦਾ? ਹਾਂ। ਜਿੰਨ ਮੰਨ ਲਓ ਜਿੰਨਾਂ ਦੀ ਤੁਸੀਂ ਇਹ ਨਾ ਜਾ ਪਹੁੰਚੇ ਨੇ ਸੰਜੇ ਕੁਮਾਰ ਜੀ? ਹਾਂ ਹਾਂ। ਇਹ ਹੈਗੇ ਨੇ ਤੁਹਾਡੇ ਪਿੰਡ ਦੇ ਰਹਿਣ ਵਾਲੇ? ਇਹ ਹੈ ਨਹੀਂ ਨਹੀਂ ਗੋਰੀ ਸਰਬਜੀਤ ਹੈ ਨਾ, ਉਹਨੇ ਮੈਨੂੰ ਕਿਹਾ ਵੀ ਸੰਦੇ ਨੂੰ ਕੁਮਾਰ ਗੱਲ ਉਹਨੂੰ ਆਉਂਦੀ ਨੀ, ਘਬਰਾਇਆ ਹੋਇਆ ਕਿ ਸਰਬਜੀਤ ਨੇ ਮੈਨੂੰ ਕਿਹਾ ਤੇ ਮੈਂ ਅਗਵਾਈ ਪਾ। ਸਰਬਜੀਤ ਕੌਣ ਹੈ? ਜਿਹਨੇ ਆਪਦੇ ਨਾ ਕਰਾਈ ਜਿਵੇਂ, ਤੇ ਇਹ ਡੀਲਿੰਗ ਕਿਹਨੇ ਕਰਾਈ ਸੀਗੀ? ਸੌਦਾ ਕਿਹਨੇ ਕਰਾਇਆ ਸੀ? ਪਤਾ ਨਹੀਂ ਜੀ। ਸੰਜੇ ਕੁਮਾਰ ਦੀ ਜ਼ਮੀਨ ਦੀ ਨਕਲੀ ਦੀ ਰਜਿਸਟਰੀ ਹੋਈ ਹੈ ਜੀ, ਤੇ ਇਸ ਬਾਰੇ ਸਾਨੂੰ ਸੰਜੇ ਕੁਮਾਰ ਜੀ ਨੇ ਬੁੱਧਵਾਰ ਸਾਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਵੀ ਮੇਰੀ ਰਜਿਸਟਰੀ ਨਕਲੀ ਹੋ ਗਈ ਹੈ, ਤੇ ਸਾਸੀ ਤਾਪ ਦੀ ਨਰਮੇ ਦੀ ਬਿਜਾਈ ਨੂੰ ਲੱਗੇ ਹੋਏ ਸੀ ਜੀ। ਇਹਨਾਂ ਦੀ ਪਹਿਲੀ ਤੁਸੀਂ ਵਾਹ ਰਹੇ ਹੋ? ਹਾਂਜੀ ਅਸੀਂ ਵਾਹ ਰਹੇ ਹਾਂ। ਉਹ ਸਾਨੂੰ ਹੋ ਗਏ ਜੀ 30 ਸਾਲ ਦੀ। ਜਦੋਂ ਰਜਿਸਟਰੀ ਹੋਈ ਕਿ ਮੌਕੇ ਤੇ ਕਬਜ਼ਾ ਲੈਣ ਵਾਲਾ ਕੋਈ ਬੰਦਾ ਜਾਂ ਕੋਈ ਅਧਿਕਾਰੀ? ਕੋਈ ਵੀ ਨਹੀਂ ਆਇਆ ਜੀ, ਨਾ ਹੀ ਸਾਨੂੰ ਨਰਮੇ ਦੀ ਬਿਜਾਈ ਵਿੱਚ ਕਿਸੇ ਨੇ ਕਿਹਾ ਵੀ ਅਸੀਂ ਮੁੱਲ ਲਈਏ ਵੀ ਤੁਸੀਂ ਨਰਮਾ ਨਾ ਬੀਜੋ। ਅਸੀਂ ਤਾਂ ਆਪਦੇ ਨਰਮੇ ਦੀ ਬਿਜਾਈ ਨੂੰ ਲੱਗੇ ਹੋਏ ਸੀ, ਮਤਲਬ ਕਿਸੇ ਨੇ ਸਾਨੂੰ ਇਹ ਵੀ ਨਹੀਂ ਕਿਹਾ ਵੀ ਵਿਸਾਖ ਹੋ ਗਿਆ ਵੀ ਅਸੀਂ ਹੁਣ ਕਬਜ਼ਾ ਲੈਣਾ ਵੀ ਤੁਸੀਂ ਨਰਮਾ ਦੀ ਬਿਜਾਈ ਨਾ ਕਰੋ। ਕਿਸੇ ਨੇ ਸਾਨੂੰ ਕੁਛ ਨਹੀਂ ਕਿਹਾ ਜੀ। ਤੁਹਾਨੂੰ ਕੀ ਲੱਗਦਾ ਇਸ ਗੱਲ ਦੇ ਪਿੱਛੇ ਕੀ ਲੱਗਦਾ ਤੁਹਾਨੂੰ? ਇਹ ਤੁਹਾਨੂੰ ਪਤਾ ਲੱਗੂਗਾ ਜੀ ਸਰ ਜੀ, ਮਤਲਬ ਲੱਭਿਆ ਪਤਾ ਲੱਗੂਗਾ ਵੀ ਕੀ ਕੌਣ ਕੌਣ ਵਿੱਚ ਹੈਗਾ ਅਤੇ ਕੌਣ ਕੌਣ ਨਹੀਂ ਹੈਗਾ ਜੀ। ਜੀ ਸਰ, ਕਿਆ ਨਾਮ ਹੈ ਆਪਕਾ? ਸੰਜੇ ਸ਼ਰਮਾ। ਕਿਆ ਮਾਮਲਾ ਹੈ ਅੱਜ ਆਪ ਜੋਰਨੀ ਵਾਲਾ ਯਹਾਂ ਪੇ ਪਹੁੰਚੇ ਹੋ? ਸਾਡੀ ਜ਼ਮੀਨ ਦਾ ਇੱਕ ਜੋ ਹੈ ਫਰੋਡ ਪਕੜਿਆ ਗਿਆ ਜੀ ਕਿ ਕਿਸੇ ਨੇ ਫੇਕ ਸੈਲ ਬਣ ਕੇ, ਸੰਜੇ ਸ਼ਰਮਾ ਬਣ ਕੇ ਔਰ ਅੰਜਲੀ ਸ਼ਰਮਾ ਔਰ ਮੇਰੀ ਅਨੁਰਾਧਾ ਸ਼ਰਮਾ ਜੋ ਸਿਸਟਰ ਹੈ ਉਹ ਬਣ ਕੇ ਲੈਂਡ ਵੇਚ ਦਿੱਤੀ ਅੱਗੇ ਕਿਸੇ ਔਰ ਸਾਰੀ ਫੇਕ ਰਜਿਸਟਰੀ ਕਰਾ ਦਿੱਤੀ, ਸਾਰਾ ਫੇਕ ਕੰਮ ਕਰਕੇ। ਅਤੇ ਸਾਨੂੰ ਪਤਾ ਚੱਲਿਆ ਜਦ ਅਸੀਂ ਬੈਂਕ ਦੇ ਥੋੜ੍ਹਾ ਲੋਨ ਲਈ ਅਪਲਾਈ ਕੀਤਾ ਸੀ ਇਸ ਲੈਂਡ ਦੇ ਅਗੇਂਸਟ, ਤਾਂ ਬੈਂਕ ਵਾਲਿਆਂ ਨੇ ਦੱਸਿਆ ਕਿ ਲੈਂਡ ਇਸ ਤਰ੍ਹਾਂ ਸੇ ਜੋ ਹੈ ਇੰਤਕਾਲ ਲਈ ਪੇਸ਼ ਮਨਜ਼ੂਰੀ ਲਈ ਪੇਸ਼ ਕੀਤੀ ਗਈ ਹੋਈ ਹੈ। ਅਤੇ ਪਹਿਲੇ ਉਹ ਲੈਂਡ ਖਰੀਦੀ ਜੋ ਅੰਜਲੀ ਸ਼ਰਮਾ ਔਰ ਅਨੁਰਾਧਾ ਸ਼ਰਮਾ ਦੀ ਲੈਂਡ ਜੋ ਸੀ ਉਹ ਸੰਜੇ ਸ਼ਰਮਾ ਨੇ ਦੇ ਨਾਮ ਹੋ ਗਈ ਸਾਰੀ। ਅਤੇ ਉਸ ਤੋਂ ਬਾਅਦ ਫਿਰ ਜੋ ਸਾਰੇ 11 ਏਕੜ ਲੈਂਡ ਹੈ ਉਹ ਸਾਰੀ ਸਾਰੀ ਸੰਜੇ ਸ਼ਰਮਾ ਨੇ ਫਿਰ ਅੱਗੇ ਕਿਸੇ ਸਰਬਜੀਤ ਔਰ ਗੁਰਸੇਵਕ ਦੇ ਨਾਮ ਦੇ ਮਤਲਬ ਖਰੀਦਦਾਰ ਕਿਸੇ ਨੇ ਲੈ ਕੇ ਖਰੀਦਾ। ਕਿਸ ਤਰ੍ਹਾਂ ਸੂਚਨਾ ਮਿਲੀ? ਅਸੀਂ ਉਹੀ ਮੈਂ ਦੱਸਿਆ ਕਿ ਬੈਂਕ ਵਿੱਚ ਮੈਂ ਲੈਂਡ ਦੇ ਅਗੇਂਸਟ ਮੈਨੂੰ ਪੈਸੇ ਜੁੜੇ ਸੀ, ਬੈਂਕ ਦੇ ਵਿੱਚ ਮੈਂ ਲੈਂਡ ਮੋਰਗੇਜ ਕਰਨ ਲਈ ਰੱਖੀ ਸੀ ਅਤੇ ਬੈਂਕ ਵਾਲੇ ਨੇ ਮੈਨੂੰ ਸੂਚਿਤ ਕੀਤਾ ਜੀ ਇਹ ਤੁਹਾਡੇ ਨਾਮ 'ਤੇ ਲੈਂਡ ਆਈ ਨਹੀਂ ਤੁਸੀਂ ਜੋ ਹੈ ਇਹ, ਤਾਂ ਸਾਨੂੰ ਫਿਰ ਤਦ ਪਤਾ ਚੱਲਿਆ ਕਿ ਇਹ ਜੋ ਲੈਂਡ ਹੈ। ਜ਼ਮੀਨ ਦੀ ਜੋ ਫਸਲ ਵਾਈ ਹੈ ਉਹ ਕੌਣ ਕਰ ਰਿਹਾ? ਜ਼ਮੀਨ ਦੀ ਫਸਲ ਵਾਈ ਸਾਡੇ ਐਕਚੁਲੀ ਜੋ ਪੁਰਾਣੇ, ਕਿਉਂਕਿ ਇਹ ਸਾਡੀ ਜ਼ਮੀਨ ਜੋ ਹੈ ਪੁਰਾਣੇ ਦਾਦਿਆਂ ਤੋਂ ਪਲੱਸ ਫਿਰ ਫਾਦਰ ਦੇ ਨਾਂ ਦੀ ਸੀ, ਤਾਂ ਉਹਨਾਂ ਦੇ ਹੀ ਅੱਗੇ ਵੀ ਫੈਮਿਲੀ ਵਾਲੇ ਉਹਨਾਂ ਦੇ ਵੀ ਥੇ ਕੋਈ ਯਹਾਂ ਪੇ ਪਹਿਲੇ ਕ੍ਰਿਸ਼ਨ ਲਾਲ ਜੀ ਸੇ ਔਰ ਉਹਦੇ ਬਾਅਦ ਵੇਦ ਪ੍ਰਕਾਸ਼ ਜੀ, ਅਤੇ ਉਹਨਾਂ ਦੇ ਬੇਟੇ ਜੋ ਹੈ ਉਹ ਦੇਖ ਰਹੇ ਹਾਂ। ਇਸ ਮਾਮਲੇ 'ਚ ਤੁਸੀਂ ਕਿਹੜੇ ਕਿਹੜੇ ਅਫਸਰਾਂ ਨੂੰ ਮਿਲ ਚੁੱਕੇ ਹੋ? ਅਸੀਂ ਐਕਚੁਲੀ ਸਭ ਤੋਂ ਪਹਿਲੇ ਤਾਂ ਔਨਲਾਈਨ FIR ਲੋਜ ਕੀਤੀ ਜਿਸ ਦਿਨ ਰਾਤ ਨੂੰ ਪਤਾ ਚੱਲਿਆ 11 ਵਜੇ, ਅਤੇ ਔਨਲਾਈਨ FIR ਲੋਜ ਕੀਤੀ ਫਾਜ਼ਿਲਕਾ ਦੇ ਜੋ ਕਿ SSP ਦੇ ਨਾਮ 'ਤੇ ਇੱਥੇ ਅਸੀਂ ਉਹ ਕਰ ਦਿੱਤੀ। ਉਹ ਤੋਂ ਬਾਅਦ ਫਿਰ ਅਸੀਂ ਜੋ ਹੈ ਆਪਣੇ ਤਹਿਸੀਲਦਾਰ ਦੇ ਸਾਰਾ ਇਨਫੋਰਮੇਸ਼ਨ ਹੈ ਅਤੇ ਵੀ ਤਹਿਸੀਲਦਾਰ ਨੇ ਜਾ ਕੇ ਵੈਰੀਫਾਈ ਜੋ ਵੀ ਕੁਛ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ
और साथ में असी थोड़ा डीसी साहब नू भी उत्थे जो है उन्होंने इनफॉर्मेशन दे दी है और एसएसपी साहब नू भी एक एफआईआर ले कॉपी ले आप अभी रिप्लाई विच सानू वैसे मैसेज कुछ नहीं मिले। तहसीलदार साहब दे हत्थे आई सी ते असी डॉक्यूमेंट मंग रहे सी तो कहंदे जी डॉक्यूमेंट ते असी हुण असी तुहानू नहीं पहचानदे फेक मतलब उही मैं भी एक पॉइंट जरा जरा नू मैनू ये बड़ा अजीब लग्या कि जो ओरिजिनल बायर है ਉਹਦੇ ਤੇ ਉਹਨੂੰ ਤੁਸੀਂ ਡਾਕੂਮੈਂਟ ਵੀ ਨਹੀਂ ਮਿਲ ਸਕਦੇ ਉਹ ਸਾਰਾ ਪ੍ਰੋਸੀਜਰ ਹੈ ਸਾਰਾ ਉਹ ਹੈ ਉਹਨੂੰ ਡਾਕੂਮੈਂਟ ਦਿਖਾਏ ਵੀ ਨਹੀਂ ਜਾ ਸਕਦੇ ਅਤੇ ਗਵਰਨਮੈਂਟ ਦਾ ਥੋੜ੍ਹਾ ਪ੍ਰੋਸੀਜਰ ਜੋ ਹੈ ਮੈਨੂੰ ਥੋੜ੍ਹਾ ਜਿਹਾ ਲੱਗਿਆ ਕਿ ਵੀ ਫੇਕ ਆਈ ਡੀ ਤੋਂ ਸਾਨੂੰ ਜੋ ਪਤਾ ਚੱਲ ਰਿਹਾ ਕਿ ਫੇਕ ਆਈ ਡੀ ਬਣਾਈ ਫੇਕ ਆਧਾਰ ਕਾਰਡ ਬਣਾਇਆ ਔਰ ਉਹਦੇ ਨਾਲ ਹੀ ਜੋ ਹੈ ਨਾ ਸਾਰਾ ਉਹਦੇ ਬੇਸਿਸ ਦੇ ਉੱਤੇ ਹੀ ਜੋ ਹੈ ਫੇਕ ਸਾਰੀ ਚੀਜ਼ ਕਰਕੇ ਟ੍ਰਾਂਸਫਰ ਕੀਤੀ ਗਈ। ਇਹ ਪ੍ਰੋਸੈਸ ਜੋ ਸਾਡੀ ਨੌਲੇਜ ਵਿੱਚ ਐਕਚੁਲੀ ਜੋ ਅਸੀਂ ਸਾਰਾ ਹੁਣ ਇਕੱਠਾ ਕੀਤਾ ਤਾਂ ਪਤਾ ਚੱਲਿਆ ਕਿ ਫਰਵਰੀ ਵਿੱਚ ਅੰਜਲੀ ਸ਼ਰਮਾ ਔਰ ਅਜ਼ਾਦਾ ਸ਼ਰਮਾ ਦੀ ਲੈਂਡ ਜੋ ਹੈ ਉਹ ਸੰਜੇ ਸ਼ਰਮਾ ਦੇ ਨਾਲ ਟ੍ਰਾਂਸਫਰ ਕੀਤੀ ਗਈ ਔਰ ਫਿਰ ਹੁਣੇ ਹੀ ਇਹ 19 ਅਪ੍ਰੈਲ ਔਰ ਨੂੰ ਜੋ ਹੈ ਉਹ ਰਜਿਸਟਰੀ ਕੀਤੀ ਗਈ ਔਰ ਇੰਤਕਾਲ ਲਈ ਜੋ ਹੈ 26 ਮਈ ਨੂੰ ਮਨਜ਼ੂਰੀ ਲਈ ਪੇਸ਼ ਕੀਤੀ ਗਈ ਸੀ। ਜੇ ਗੱਲ ਕੀਤੀ ਜਾਵੇ ਤਾਂ ਇਹਦੀ ਜੋ ਪਹਿਲੀ ਦੀ ਜਿਹੜੀ ਰਕਮ ਹੈ ਕਿੰਨੀ ਬਣਦੀ ਹੈ ਕਿੰਨੀ ਕੀਮਤ ਦੀ ਹੈ ਪਹਿਲਾਂ ਕੀਮਤ ਦੇ ਜੋ ਮੇਰੇ ਖਿਆਲ ਥੋੜ੍ਹੇ ਪੇਪਰ ਦੇਖੇ ਨਹੀਂ ਹੈ ਕੀਮਤ ਜੋ ਸ਼ਾਇਦ ਜੋ ਦਿਖਾਇਆ ਹੋਇਆ ਹੈ ਇੱਕ ਉਹਨੇ ਵਿਕੀ ਹੋਈ ਹੈ ਕੁਛ 90 ਲੱਖ ਜਾਂ ਮੇਰੇ ਖਿਆਲ ਕੁਛ ਐਸਾ ਦਿਖਾਇਆ ਹੋਇਆ 90,000 28,000 ਔਰ 35,000 35 ਲੱਖ। ਪਿਛਲੇ 20 ਤੋਂ 25 ਮਿੰਟ ਦੇ ਦੌਰਾਨ ਤੁਹਾਡੀ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਅੰਦਰ ਐਕਸਟਰਨਲ ਕੀ ਗੱਲਬਾਤ ਹੋਈ ਉਸ ਮੀਟਿੰਗ? ਅਸੀਂ ਤਹਿਸੀਲਦਾਰ ਸਾਹਿਬ ਦੇ ਨੌਲੇਜ ਵਿੱਚ ਇਹ ਕੇਸ ਲਾਤਾ। ਤਹਿਸੀਲਦਾਰ ਸਾਹਿਬ ਨੂੰ ਪਹਿਲੇ ਪਤਾ ਸੀ, ਤਹਿਸੀਲਦਾਰ ਸਾਹਿਬ ਨੇ ਅਸੀਂ ਰਿਕੁਐਸਟ ਕੀਤੀ ਕਿ ਅੱਗੇ ਪ੍ਰੋਸੀਜਰ ਕੀ ਹੈ ਤਾਂ ਕਹਿੰਦੇ ਜੀ ਹੁਣ ਤੁਸੀਂ ਉਹ ਕਰਕੇ ਜੋ ਹੈ ਨਾ ਜੋ ਕਿ ਕੋਰਟ ਵਿੱਚ ਜਾਣਾ ਪਏਗਾ ਤੁਹਾਨੂੰ ਅਤੇ ਉੱਥੋਂ ਹੀ ਤੁਹਾਨੂੰ ਕੁਛ ਰਾਹਤ ਮਿਲ ਸਕਦੀ, ਰਜਿਸਟਰੀ ਕੈਂਸਲ ਹੋਏਗੀ। ਅਤੇ ਅਸੀਂ ਇਹੀ ਕਿਹਾ ਕਿ ਵੀ ਜਦ ਓਰੀਜਨਲ ਇੱਥੇ ਬੈਠੇ ਹਾਂ ਤੁਸੀਂ ਓਰੀਜਨਲ ਨੂੰ ਜੋ ਹੈ ਤੁਸੀਂ ਉਹ ਕਿਉਂ ਨਹੀਂ ਕਰਦੇ, ਐਕਸ਼ਨ ਕਿਉਂ ਨਹੀਂ ਲੈਂਦੇ? ਅਤੇ ਉਹਨਾਂ ਨੇ ਫਿਰ ਇਹਦਾ ਕੁਛ ਠੀਕ ਤਰ੍ਹਾਂ ਸੇ ਜਵਾਬ ਨਹੀਂ ਦਿੱਤਾ ਹਾਲੇ। ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ, ਸਰਕਾਰਾਂ ਤੋਂ ਜਾਂ ਜਿਹੜੇ? ਅਸੀਂ ਇੱਕ ਤਾਂ ਸਭ ਤੋਂ ਪਹਿਲਾਂ ਸਾਡਾ ਇੱਕ ਮੋਟਿਵ ਇਹ ਹੈ ਕਿ ਬਈ ਇਹੋ ਜਿਹਾ ਗੱਲ ਕਿਸੇ ਹੋਰ ਨਾਲ ਹੋਏ ਅਤੇ ਇਹ ਫਰਾਡ ਜੋ ਵੀ ਬੰਦੇ ਹੈ ਉਹ ਪਕੜੇ ਜਾਣ ਔਰ ਉਹਨਾਂ ਦੇ ਅਗੇਂਸਟ ਸਟ੍ਰਿਕਟ ਐਕਸ਼ਨ ਦਿੱਤਾ ਜਾਏ। ਕਿਉਂਕਿ ਇੱਕ ਗੱਲ ਹੋਰ ਸਾਡੀ ਨੋਟਿਸ ਵਿੱਚ ਆਏਗੀ, ਜੋ ਤੁਹਾਡਾ ਇੱਥੇ ਜਿਹੜਾ ਨੰਬਰਦਾਰ ਹੈ ਜਿਹਨੇ ਗਵਾਹੀ ਦਿੱਤੀ, ਜਿਹਦੇ ਗਵਾਹੀ ਦੇ ਬੇਸਿਸ ਦੇ ਉੱਤੇ ਹੀ ਸਾਰਾ ਜੋ ਹੈ ਉਹਨੇ ਮੇਰੇ ਰਜਿਸਟਰੀ 'ਤੇ ਵੀ ਗਵਾਹੀ ਦਿੱਤੀ ਹੋਈ ਹੈ ਅਤੇ ਉਹਨੇ ਅਗਲੀ ਰਜਿਸਟਰ 'ਤੇ ਵੀ, ਤਾਂ ਉਹਨੇ ਕਿਵੇਂ ਗਲਤ ਆਦਮੀ ਪਹਿਚਾਣ ਲਿੱਤੇ? ਅਤੇ ਸਰ ਇਹਦੇ ਵਿੱਚ ਇਹ ਨਹੀਂ ਪਤਾ ਲੱਗਿਆ, ਜੇ ਨੰਬਰਦਾਰ ਦਾ ਤੁਹਾਨੂੰ ਪਤਾ ਲੱਗ ਗਿਆ ਤਾਂ ਉਹਦੇ ਵਿੱਚ ਪਤਾ ਨਹੀਂ ਲੱਗਿਆ ਵੀ ਇਹ ਡੀਲ ਕਿਹਨੇ ਕਰਵਾਈ ਸੀਗੀ ਉਹਨਾਂ ਦੀ? ਨਾਮ ਹਲੇ ਆ ਰਹੇ ਹੈ ਅਤੇ ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਵਿੱਚ ਇਹੀ ਪਤਾ ਚੱਲਿਆ ਕਿ ਉਹ ਆਧਾਰ ਕਾਰਡ ਤਾਂ ਫੇਕ ਹੈ ਜੋ ਕਿ ਨਹੀਂ ਉਹ ਫੇਕ ਮੰਨ ਲਿਆ ਸੀ, ਬਟ ਸਰ ਜਿਹੜੇ ਜਿਨ੍ਹਾਂ ਨੇ ਡੀਲ ਕਰਾਈ ਹੈ ਪ੍ਰੋਪਰਟੀ ਦੀ ਤੇ ਉਹ ਡੀਲਰਾਂ ਦਾ ਪਤਾ ਨਹੀਂ ਲੱਗਿਆ? ਨਹੀਂ ਉਹਨਾਂ ਦਾ ਹਾਲੇ ਨਹੀਂ ਪਤਾ ਚੱਲਿਆ ਪੁਲਿਸ। ਹਾਂ ਉਹਨੇ ਨਾਲ ਹੈ, ਫੋਟੋ ਤਾਂ ਹੈ, ਉਹੀ ਅਸੀਂ ਫੋਟੋ ਹੀ ਮੰਗ ਰਹੇ ਸੀ ਕਿ ਸਾਨੂੰ ਫੋਟੋ ਦੇ ਦਿਓ, ਤਾਂ ਤੁਸੀਂ ਆਪਣੇ ਉਹ ਫੋਟੋ ਦੇਣ ਦੇ ਵੀ ਇਨਕਾਰ ਕਰ ਦਿੱਤਾ ਕਿ ਓਫੀਸ਼ੀਅਲੀ ਮੰਗੋ, ਅਸੀਂ ਇੰਝ ਨਹੀਂ ਦੇ ਸਕਦੇ। ਕਿਆ ਨਾਮ ਆਪਕਾ? ਮੈਂ ਅੰਜਲੀ ਸ਼ਰਮਾ, ਵਾਈਫ ਆਫ ਸੰਜੇ ਸ਼ਰਮਾ। ਆਪ ਜੀ ਪਹੁੰਚੋ, ਕਿਆ ਕਹਿਣਾ ਚਾਹੋ? ਅਸੀਂ ਤਹਿਸੀਲਦਾਰ ਦੇ ਆਫਿਸ ਦੇ ਬਾਹਰ ਖੜ੍ਹੇ ਹਾਂ। ਅਸੀਂ ਤਹਿਸੀਲਦਾਰ ਜੀ ਦੇ ਨਾਲ ਮੀਟਿੰਗ ਕੀਤੀ, 2 ਘੰਟਾ ਗੱਲਬਾਤ ਹੋਈ, ਉਹਨਾਂ ਨੇ ਫਾਈਲਾਂ ਵੀ ਕਢਵਾਈਆਂ ਅਤੇ ਉਹਨਾਂ ਦਾ ਲਈ ਮੇਰਾ ਇੱਕ ਕੁਐਸਚਨ ਸੀਗਾ। ਜਦ ਉਹਨਾਂ ਨੇ ਸਾਨੂੰ ਪ੍ਰੋਸੀਜਰ ਸਮਝਾਇਆ ਕਿ ਇਹ ਹੁਣ ਵਕੀਲ ਕਰਨਾ ਪਏਗਾ, ਫਿਰ ਉਹ ਜਾ ਕੇ ਉੱਥੇ ਕੋਰਟ ਵਿੱਚ ਕੈਂਸਲ ਹੋਏਗੀ, ਅਤੇ ਮਤਲਬ ਸਾਰੇ ਪ੍ਰੋਸੀਜਰ ਸਾਡੇ ਲਈ ਨੇ, ਹੈ ਨਾ? ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਫਿਰ ਹੁਣ ਜਿਹੜੇ ਵਿਕਟਮ ਹੈ, ਜਿਹੜੇ ਅਸੀਂ ਵਿਕਟਮ ਹੋਏ, ਅਸੀਂ ਤਾਂ ਸਫਰਰ ਹੋ ਗਏ, ਅਤੇ ਜਿਹੜੇ ਅਕਿਊਜ਼ਡ ਨੇ ਜਿਨ੍ਹਾਂ ਨੇ ਸਾਰੀ ਧੋਖਾਧੜੀ ਕੀਤੀ ਹੈ ਉਹਨਾਂ ਲਈ ਕੀ ਹੈ? ਅਤੇ ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਕਿ ਇਹ ਪੁਲਿਸ ਦੀ ਕਾਰਵਾਈ ਹੈ ਅਤੇ ਪੁਲਿਸ ਕਾਰਵਾਈ ਕਰੇਗੀ ਇਸ ਚੀਜ਼ ਨੂੰ ਲੈ ਕੇ। ਮੈਡਮ ਇਹ ਕਿਹੜੇ ਪਿੰਡ ਦੀ ਲੈਂਡ ਹੈ ਜੀ? ਇਹ ਆਰਨੀ ਵਾਲਾ, ਮਹੁਆਣਾ ਪਿੰਡ ਆਰਨੀ ਵਾਲਾ। ਹੁਣ ਕੀ ਮੰਗ ਕਰਦੇ ਤੁਸੀਂ? ਮੰਗ ਜੀ ਇਹੀ ਹੈ ਕਿ ਇੱਕ ਤਾਂ ਸਾਡੀ ਲੈਂਡ ਜਿਹੜੀ ਹੈਗੀ ਹੈ ਉਹ ਜਲਦੀ ਤੋਂ ਜਲਦੀ ਸਾਡੇ ਨਾਂ 'ਤੇ ਵਾਪਸ ਹੋਏ, ਔਰ ਦੂਜਾ ਜਿਹੜੀ ਸਭ ਤੋਂ ਵੱਡੀ ਮੇਰੀ ਮੰਗ ਹੈ ਕਿ ਜਿਹੜੇ ਵੀ ਇਹਨਾਂ ਵਿੱਚ ਸਾਰਿਆਂ 'ਚ ਇਨਵੋਲਵਡ ਹੈਗੇ ਨੇ ਉਹਨਾਂ ਨੂੰ ਛੱਡਿਆ ਨਾ ਜਾਏ ਬਿਲਕੁਲ ਵੀ। ਕਿਉਂਕਿ ਅੱਜ ਅਸੀਂ ਤਾਂ ਥੋੜ੍ਹੀ ਜਿਹੀ ਫਿਰ ਵੀ ਇਸ ਪੁਜ਼ੀਸ਼ਨ 'ਚ ਹੈਗੇ ਹਾਂ ਕਿ ਅਸੀਂ ਮਤਲਬ ਇਸ ਲੈਂਡ ਨੂੰ ਲੂਜ਼ ਤਾਂ ਨਹੀਂ ਕਰੇਗਾ ਕੋਈ ਵੀ ਫੋਰ ਫਾਦਰਸ ਦੀ ਲੈਂਡ ਹੈ, ਬਟ ਜਿਹੜਾ ਵਿਚਾਰਾ ਗਰੀਬ ਕੋਈ ਹੋ ਗਿਆ ਉਹਦੇ ਨਾਲ ਇੱਦਾਂ ਹੀ ਧੋਖਾਧੜੀ ਕਰ ਦਿੱਤੀ ਗਈ,
तो उहदा की हाल होएगा, उहदी तो रोजी रोटी है ना ये, तो ये सब कुछ नहीं होना चाहिए। इन्नी इन्नी नंबरदार पटवारी तहसीलदार इन्ने लोग किदा इग्नोर कर सकते हैं, कहिंदे जी एक दी गवाही ते असी सारा कुछ कर दिता, तो हुण साडे पल्ले पै गया, असी सारा पिछे मुड़वाइए सारा काम। नंबरदार जी भी नाल है हुण, जिस तरह तुहाडी इद्दां अंदर मीटिंग चलदी रही है, उहदे तों तुहानूं की लगदा है? नहीं लगता की है, मेरा हक है, मैं तुम वापस करवावांगी सारा। आश्वासन मिला गया भी, हाँ जी की लगता भी, किस तरह का आश्वासन? देखो जी, पहली पहला स्टेप तो यही है कि किसी आधार कार्ड वाले ने सारी गलतियां कीतियां, सारे संजय शर्मा देख लो, सारा अंजलि शर्मा, अनुराधा शर्मा, सारे आधार कार्ड फेक बने, ऐसे सिस्टम बारे एक पहली चुकाने वाली गल है, है ना। दूसरा नंबरदार जिन्हें साढ़े वेले सच्ची गवाही भी दिती, तो दूजी बारी भज गया, दूजी बारी उन्हें की कहंदे ने अनुराधा कोई नवी जी खड़ी कर दी। नंबरदार का दे जिन्हों ने गांव दे बारे पता नहीं है। मैडम ये तुम्हारी कुल जमीन कितनी सी? 12 एकड़ है। 12 एकड़ ਕੀ ਖਰਚਾ ਲੱਗਦਾ ਕਿ ਕੋਈ ਜਿਹੜੇ ਸਰਕਾਰੀ ਅਫਸਰ ਜਾਂ ਜਿਹੜੇ ਹੋਰ ਨੁਮਾਇੰਦੇ ਨੇ ਉਹ ਮਿਲੇ ਭੁਗਤ ਕੀ ਉਹਨਾਂ ਜੀ? ਇਹ ਤਾਂ ਸਾਰਾ ਨਿਕਲੇਗਾ ਹੀ ਨਾ, ਮੈਂ ਤਾਂ ਚੋਟੀ ਤੋਂ ਦੌੜਵਾਉਣਾ ਸ਼ੁਰੂ ਕਰਾਂਗੇ ਤਾਂ ਫਿਰ ਸਾਰੇ ਉਧੜਨਗੇ। ਇਹ ਤਾਂ ਹੁਣ ਕਿੱਥੇ ਨੀਚੇ ਸ਼ੁਰੂ ਹੋਇਆ, ਕਿਹਨੂੰ ਕਿਵੇਂ ਪਤਾ ਚੱਲਿਆ ਕਿ ਕਿਹਦੇ ਕਿਹਦੇ ਨਾਂ ਹੈਗੀ ਹੈ ਜ਼ਮੀਨ, ਇਹ ਸਾਰਾ ਕਿੱਦਾਂ ਪਤਾ ਚੱਲਿਆ ਕਿਸੇ ਨੂੰ? ਅੰਦਰ ਦੀ ਗੱਲ ਹੈ। ਪੇਰੈਂਟਸ ਦਾ ਨਾਮ ਜੋ ਹੈ, ਹਾਂਜੀ, ਸਨ ਆਫ ਸੰਜੇ ਸ਼ਰਮਾ, ਸਨ ਆਫ ਜਗਦੀਸ਼ ਚੰਦਰ, ਸਨ ਆਫ ਹੁਕਮ ਚੰਦ, और उगम चंद और पीछे सन ऑफ नानक चंद, वो सारा का सारा रिकॉर्ड जो है इन्फॉर्मेशन पता चली। वो इन्नी इन्फॉर्मेशन जो है डिटेल में, अनुराधा शर्मा जो है वो डिटेल में इन्फॉर्मेशन पता चली, तो ऐसे अंजलि शर्मा की इन्फॉर्मेशन डिटेल में पता चली, तो लगता तो है कि बड़ा जमीन का मामला सामने आया। माहूवानी का रकबा है, पिंड माहूवाना है, सब तहसील अरनी वाला पिंड है। मिस्टर संजय कुमार शर्मा जो चंडीगढ़ तो ने, उन्हें नाल अंजलि शर्मा ने ते अनुराधा शर्मा ने, इन्होंने अज एक साढ़े को सू सूचित किया है कि कुछ लैंड जो इन्हों की मालकी सी किसी फेक परसनस ने ट्रांसफर की है पहला, तो उस तो बाद सेल कर दी। असी इस मैटर की इंक्वायरी करते, जो फैक्ट्स आएंगे फिर उस मुताबिक कार्रवाई करेंगे। सर तुहाडी इक अद्धा घंटा पहला मीटिंग भी चलती रही है उन्हां नाल, परसों नाल जी, उन्दे विच की गलबात रही? उन्होंने इस फैक्ट्स बारे दस्या कि किवें, उन्होंने दस्या कि साडा प्रोसीजर हुंदा, किस तरीके डीड्स रजिस्टर कीतियां जांदियां, उस लैंड दी जिहड़ी रजिस्ट्री ओह तुहाडे तों ऑफिस हां मेरे टाइम दे रजिस्टर हुई है जी, 19/4 दी रजिस्टर हुई है। उस दौरान ਵਿਕਨਸ ਜਿਹੜੇ ਹੁੰਦੇ ਨੇ ਜੀ, ਦਲਾਲ ਹੁੰਦੇ ਨੇ ਜੀ, ਉਹ ਪਿੰਡ ਦੇ ਨੁਮਾਇੰਦੇ ਨੇ ਜੀ, ਉਹਨਾਂ ਨੇ ਵੀ ਕਿਹਾ ਵੀ ਉਸ ਬੰਦੇ ਨੂੰ ਅਸੀਂ ਨਹੀਂ ਜਾਣਦੇ ਸੀ, ਅਤੇ ਸਰ ਕੀ ਇਹ ਜ਼ਰੂਰੀ ਨਹੀਂ ਸੀ ਕਿ ਉਹਨਾਂ ਨੂੰ ਵੈਰੀਫਾਈ ਕਰਨਾ ਕਿ ਆਫਟਰ ਆਲ 12 ਏਕੜ ਜ਼ਮੀਨ ਹੈ, ਬੜੀ ਵੱਡੀ ਰਕਮ ਦੀ ਜ਼ਮੀਨ ਬਣਦੀ ਹੈ ਜੀ, ਕੀ ਤੁਹਾਡੇ ਵੱਲੋਂ ਕੋਈ ਵੈਰੀਫਿਕੇਸ਼ਨ ਕੀਤੀ ਗਈ? ਜੋ ਸਾਡੇ ਕੋਲ ਅਸੀਂ ਕੋਈ ਵੀ ਸੇਲ ਡੀਡ ਹੈ, ਕੋਈ ਵੀ ਟ੍ਰਾਂਸਫਰ ਡੀਡ ਹੈ, ਕੋਈ ਵੀ ਡੀਡ ਰਜਿਸਟਰ ਕਰਨ ਸਮੇਂ ਅਸੀਂ ਨੰਬਰਦਾਰ ਦੀ ਪਿੰਡ ਦਾ ਨੰਬਰਦਾਰ ਹੁੰਦਾ, ਜਿਸ ਪਿੰਡ ਦਾ ਆਈਦਰ ਪਾਰਟੀ ਰਹਿਣ ਵਾਲੀ ਹੋਵੇ ਜਾਂ ਜਿਸ ਪਿੰਡ ਦਾ ਰਕਬਾ ਹੁੰਦਾ, ਅਸੀਂ ਉਸ ਪਿੰਡ ਦੇ ਨੰਬਰਦਾਰ ਨੂੰ ਪ੍ਰੈਫਰ ਕਰਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਰਜਿਸਟਰ ਡੀਡ ਨਾਲ ਉਹਨਾਂ ਦੇ ਆਧਾਰ ਕਾਰਡ ਲੱਗੇ ਹੁੰਦੇ, ਅਸੀਂ ਇਹਨਾਂ ਬੇਸਿਸ 'ਤੇ ਹੀ ਕੋਈ ਡੀਡ ਰਜਿਸਟਰ ਦਿੰਦੇ। ਉਹਨਾਂ ਵੱਲੋਂ ਕਿਹਾ ਗਿਆ ਵੀ ਇੱਕ ਫੋਟੋ ਦੀ ਮੰਗ ਕੀਤੀ ਗਈ ਸੀ, ਕਿਹੜੀ ਫੋਟੋ ਲੱਗੀ ਹੋਈ ਹੈ ਜੋ ਮੰਨ ਲਓ ਉਹਨਾਂ ਦੀ, ਅਤੇ ਉਹ ਕਦੇ ਵੀ ਫੋਟੋ ਵੀ ਨਹੀਂ ਦਿਖਾਈ ਗਈ? ਨਹੀਂ, ਫੋਟੋ ਇਸ ਤਰ੍ਹਾਂ ਹੈ, ਉਹਨਾਂ ਨੂੰ ਅਸੀਂ ਬੋਲਿਆ ਕਿ ਕੋਈ ਵੀ ਚੀਜ਼ ਤੁਸੀਂ ਸਾਡੇ ਰਿਕਾਰਡ ਦੀ ਦੇਖਣਾ ਚਾਹੁੰਦੇ ਹੋ ਉਹ ਤੁਸੀਂ ਪਲੀਜ਼ ਕਾਇੰਡਲੀ ਸਰਟੀਫਾਈ ਕਰਕੇ ਅਪਲਾਈ ਕਰ ਦਿਓ, ਤੁਹਾਨੂੰ ਸਰਟੀਫਾਈਡ ਕਾਪੀ ਅਵੇਲੇਬਲ ਕਰਵਾ ਦਿੱਤੀ ਜਾਏਗੀ। ਸਰ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਜਿਹੜੀ 12 ਏਕੜ ਜ਼ਮੀਨ ਹੈ ਕਿੰਨੀ ਕੀਮਤ ਹੈ ਇਹਦੀ, ਸਰ ਅਪਰੋਕਸੀਮੇਟ ਜਿਹੜੀ ਆਪਾਂ ਲਗਾ ਸਕਦੇ? ਸਾਡੇ ਕੋਲ ਤਕਰੀਬਨ ਅਰਨੀ ਵਾਲੇ ਜਿੰਨੀਆਂ ਸਾਰੇ ਪਿੰਡਾਂ ਵਿੱਚ ਕਲੈਕਟਰ ਰੇਟ ਸਾਰਿਆਂ ਦਾ ਤਕਰੀਬਨ 5-70 ਸਮਥਿੰਗ ਹੈ, 5,70,000 ਦੇ ਆਸ ਪਾਸ। ਉਹਨਾਂ ਨੇ ਅੱਧਾ ਕਹਿਣਾ ਹੈ ਕਿ ਉਹ ਤੁਹਾਨੂੰ ਇਸ ਮਾਮਲੇ 'ਚ ਪਹਿਲਾਂ ਵੀ ਮਿਲੇ ਸੀ, ਅਤੇ ਕੀ ਤੁਸੀਂ ਕੋਈ ਪੁਲਿਸ ਜਾਂ ਵੱਡੇ ਉੱਚ ਅਧਿਕਾਰੀਆਂ ਦੀ ਨੌਲੇਜ ਦੇ ਵਿੱਚ ਇਹ ਕੇਸ ਲੈ ਕੇ ਆਉਂਦਾ ਕਿ ਇਸ ਤਰ੍ਹਾਂ ਦਾ ਕੋਈ ਮਾਮਲਾ ਹੋ ਚੁੱਕਿਆ?
नहीं मेरे को अज आए ने जी, इस तो पहला इन्होंने कोई अपने डिपार्टमेंट के ऑफिसर आए थे, उन्होंने कोई गलबात की, उन्होंने मैंने दसिया, पर चलो हम साढ़े को फॉर्मल रिक्वेस्ट आज आ गई है असं।